हेलो स्टूडेंट्स लेट्स डिस्कस लॉन्ग क्वेश्चन ऑफ द चैप्टर इन सेलिब्रेशन ऑफ बीइंग अलाइव बेटा ये मोस्ट इंपोर्टेंट क्वेश्चन है राइट ए नोट ऑन द थीम ऑफ द चैप्टर इन सेलिब्रेशन ऑफ बीइंग अलाइव हां जी बेटा जिन्ना स्टूडेंट्स ਨੂੰ ਲਾਈਨਸ ਵਾਲਾ ਲੌਂਗ ਕੁਐਸਚਨ ਯਾਦ ਕਰਨਾ ਔਖਾ ਲੱਗੇ ਉਹਨਾਂ ਦੇ ਲਈ ਮੈਂ ਮਾਈਂਡ ਮੈਪ ਬਣਾ ਕੇ ਉਸ ਦੀ ਵੀਡੀਓ ਵੀ ਐਡ ਕਰ ਦਿੱਤੀ ਹੈ ਤੇ ਇਸ ਕੁਐਸਚਨ ਦਾ ਵੀ ਤੇ ਮਾਈਂਡ ਮੈਪ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈ ਸੋ ਉੱਥੋਂ ਤੁਸੀਂ ਇਹ ਕੁਐਸਚਨ ਲੈ ਕੇ ਆਪਣਾ ਯਾਦ ਕਰ ਸਕਦੇ ਹੋ ਇਨ सेलिब्रेशन ਆਫ ਬੀਇੰਗ ਅ ਲਾਈਵ ਚੈਪਟਰ ਦਾ ਥੀਮ ਕੀ ਹੈ ਬੇਟਾ ਇਹ ਕੁਐਸਚਨ ਜਿਹੜਾ ਥੀਮ ਦਾ ਹੈ ਇਹ ਮੋਸਟ ਇੰਪੋਰਟੈਂਟ ਕੁਐਸਚਨ ਹੈ ਸੋ ਪਹਿਸ ਨੂੰ ਡਿਸਕਸ ਕਰਦੇ ਹਾਂ ਦਾ ਚੈਪਟਰ ਇਨ सेलिब्रेशन ਆਫ ਬੀਇੰਗ ਅ ਲਾਈਵ ਇਜ਼ ਬੇਸਡ ਔਨ ਦਾ ਆਈਡੀਆ ਇਹ ਜਿਹੜਾ ਚੈਪਟਰ ਹੈ ਇਨ सेलिब्रेशन ऑफ ੀਂਗ ਅਲਾਈਵ ਇਸ ਗੱਲ ਤੇ ਆਧਾਰਿਤ ਹੈ ਥੈਟ ਦੋਸ ਹੂ ਹੈਵ ਅ ਬਰੇਵ ਐਂਡ ਪੋਜ਼ਿਟਿਵ ਐਟੀਟਿਊਡ ਇਨ ਲਾਈਫ ਉਹ ਲੋਕ ਜਿਨ੍ਹਾਂ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਜਿਹੜਾ ਉਹ ਪੋਜ਼ਿਟਿਵ ਹੁੰਦਾ ਹੈ ਤੇ ਜਿਹੜੇ ਬਹਾਦਰ ਹੁੰਦੇ ਹੈ ਮੂਵ ਫਾਰਵਰਡ ਮੂਵ ਫਾਰਵਰਡ ਦਾ ਮਤਲਬ ਅੱਗੇ ਵਧਦੇ ਹੈ ਇਨ ਸਪਾਈਟ ਆਫ ਬਾਵਜੂਦ ਫਿਜ਼ੀਕਲ ਸਫਰਿੰਗਸ ਆਪਣੀਆਂ ਸਰੀਰਕ ਦੁੱਖ ਤਕਲੀਫਾਂ ਦੇ باوجود ਉਹ ਲੋਕ ਅੱਗੇ ਵਧਦੇ ਐ ਜਿਹੜੇ ਬਰੇਵ ਹੁੰਦੇ ਐ ਤੇ ਜਿਨ੍ਹਾਂ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਜਿਹੜਾ ਪੋਜ਼ਿਟਿਵ ਹੁੰਦਾ ਹੈ। ਦ ਸੈਕਿੰਡ ਆਈਡੀਆ ਇਜ਼ ਦੋ ਬੇਟਾ ਇਸ ਵਿੱਚ ਗੱਲਾਂ ਉਹਨੇ ਦਸੀਆਂ ਦੂਸਰੀ ਗੱਲ ਜਿਹੜੀ ਉਹਨੇ ਮੇਨ ਦੱਸੀ ਆ ਉਹ ਕੀ ਹੈ ਥੈਟ ਲਰਨਿੰਗ ਇਜ਼ ਅ ਨੈਵਰ ਐਂਡਿੰਗ ਪ੍ਰੋਸੈਸ ਕਿ ਜਿਹੜੀ ਲਰਨਿੰਗ ਹੈ ਸਿੱਖਣ ਪ੍ਰਕਿਰਿਆ ਹੈ ਉਹ ਕਦੇ ਵੀ ਖਤਮ ਨਹੀਂ ਹੁੰਦੀ। ਇਹ ਚਲਦੀ ਰਹਦੀ ਹੈ ਡਾਕਟਰ ਬਰਨार्ड ਲਰਨਡ ਦ ਲੈਸਨ ਆਫ ਲਿਵਿੰਗ ਫ্রম ਟੂ ਯੰਗ ਬॉयਜ਼ ਡਾਕਟਰ ਬਰਨार्ड ਨੇ ਦੋ ਨੌਜਵਾਨ ਬੱਚਿਆਂ ਤੋਂ ਦੋ ਛੋਟੇ ਬੱਚਿਆਂ ਤੋਂ ਜ਼ਿੰਦਗੀ ਜਿਉਣ ਦਾ ਲੈਸਨ ਸਿੱਖਿਆ ਦੇ ਚੇਂਜਡ ਹਿਸ ਐਟੀਟਿਊਡ ਟੁਵਰਡਸ ਲਾਈਫ ਉਹਨਾਂ ਲੜਕਿਆਂ ਨੇ ਡਾਕਟਰ ਦਾ ਜ਼ਿੰਦਗੀ ਪ੍ਰਤੀ ਨਜ਼ਰੀਆ ਬਦਲ ਦਿੱਤਾ they taught unna ne sikhaya that it is not important what you have lost unna ne eh sikhaya vi oh important nahi hai jo tusi gwa chukke ho the important thing is what you have left with important oh hai jo tade kol hai so instead of complaining instead of honda bajai complaining shikayat shikayat karan de bajaye one should enjoy life har ik nu zindagi da maza lena chahida hai the business of living is the celebration of being alive zindagi da jo business hai oh ki hai ke tusi jionde ho us jionde hon da jashan manao jionde hon da jashan manana hi zindagi hai so dear students i hope toanu ye question achi tarah samajh aa gaya hovega thank you have a nice day te beta oh students jinna nu sentences wala question yaad karna okha lagda hai onna de layi main mind map ਤਿਆਰ ਕੀਤਾ ਹੈ ਤੁਸੀਂ ਇਸ ਦਾ ਸਕਰੀਨ ਸ਼ਾਟ ਵੀ ਲੈ ਸਕਦੇ ਹੋ ਤੇ ਇਸ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੈ ਸੋ ਸਟਾਰਟ ਕਰਦੇ ਹਾਂ ਮਸਟ ਹੈਵ ਏ ਬਰੇਵ ਐਂਡ ਪੋਜ਼ਿਟਿਵ ਐਟੀਟਿਊਡ ਇਨ ਲਾਈਫ ਇਸ ਚੈਪਟਰ ਦਾ ਜੋ ਥੀਮ ਹੈ ਉਹ ਕੀ ਹੈ ਕਿ ਜ਼ਿੰਦਗੀ ਦੇ ਵਿੱਚ ਬਰੇਵ ਤੇ ਪੋਜ਼ਿਟਿਵ ਐਟੀਟਿਊਡ ਹੋਣਾ ਚਾਹੀਦਾ ਹੈ ਨੰਬਰ 2 ਇਗਨੋਰ ਫਿਜ਼ੀਕਲ ਸਫਰਿੰਗਸ ਐਂਡ ਮੂਵ ਫਾਰਵਰਡ ਜੋ ਸਾਡੇ ਸਰੀਰਕ ਕਸ਼ਟ ਹੈਗੇ ਆ ਉਹਨਾਂ ਨੂੰ ਇਗਨੋਰ ਕਰਨਾ ਹੈ ਤੇ ਅੱਗੇ ਵਧਣਾ ਨੰਬਰ 3 ਲਰਨਿੰਗ ਨੈਵਰ ਐਂਡਿੰਗ ਪ੍ਰੋਸੈਸ ਸਿੱਖਣ ਦੀ ਪ੍ਰਕਿਰਿਆ ਜਿਹੜੀ ਉਹ ਕਦੇ ਵੀ ਖਤਮ ਨਹੀਂ ਹੁੰਦੀ ਇੰਜੋਏ ਲਾਈਫ ਵਿਦਆਊਟ ਕੰਪਲੇਨਿੰਗ ਬਿਨਾ ਸ਼ਿਕਾਇਤ ਤੋਂ ਜ਼ਿੰਦਗੀ ਨੂੰ ਇੰਜੋਏ ਕਰੋ ਨੰਬਰ 5 ਲਾਈਫ ਇਜ਼ ਅ ਸੈਲੀਬ੍ਰੇਸ਼ਨ ਆਫ ਬੀਇੰਗ ਅਲਾਈਵ ਜ਼ਿੰਦਗੀ ਕੀ ਹੈ ਜਿਉਂਦੇ ਰਹਿਣ ਦਾ ਜਸ਼ਨ ਹੈ ਨੰਬਰ 6 ਨਾਟ ਇੰਪੋਰਟੈਂਟ ਥੈਟ ਇਜ਼ ਲੋਸਟ ਜੋ ਗਵਾਚ ਗਿਆ ਜੋ ਅਸੀਂ ਖੋ ਦਿੱਤਾ ਉਹ ਸਾਡੇ ਲਈ ਇੰਪੋਰਟੈਂਟ ਨਹੀਂ ਹੈ ਨੰਬਰ 7 ਇੰਪੋਰਟੈਂਟ ਥੈਟ ਇਜ਼ ਲੈਫਟ ਵਿਦ ਇੰਪੋਰਟੈਂਟ ਉਹੀ ਹੈ ਜੋ ਸਾਡੇ ਕੋਲ ਹੈ ਸੋ ਬੇਟਾ ਇਹ ਤੁਸੀਂ ਪੁਆਇੰਟਸ ਯਾਦ ਕਰਕੇ ਵੀ ਇਸ ਕੁਐਸਚਨ ਨੂੰ ਲਿਖ ਸਕਦੇ ਹੋ ਥੈਂਕ ਯੂ ਹੈਵ ਅ ਨਾਈਸ ਡੇ